ਮਨਜੀਤ ਸਿੰਘ ਰਾਏ ਇਹਨਾਂ ਨੇ ਸਟੇਜ ਦੇ ਉੱਤੋਂ ਵੀ ਬੋਲਿਆ ਕਿ ਭਾਈ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਸੀਂ ਢੋਲ ਵਜਾਉਂਦੇ ਜਾਓਗੇ ਜਿੱਥੇ ਜਾਓਗੇ ਦੀਵਾਲੀ ਆਪਾਂ ਘਰੇ ਮਨਾਵਾਂਗੇ ਕੋਈ ਗੱਲ ਇਦਾਂ ਦੀ ਸਟੇਜ ਤੋਂ ਨਹੀਂ ਕਹੀ ਕੋ ਮੈਨੂੰ ਪ੍ਰੂਫ ਦਿਖਾ ਦੇ ਲਖੇ ਵੀਰ ਨੂੰ ਮੈਨੂੰ ਤਾਂ ਲੱਗਦਾ ਕੋ ਸਰਪੰਚੀ ਕਰਨ ਦਾ ਜਾਦੇ ਸ਼ੌਂਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੁਕੜਾ ਕੱਲ ਲੱਖਾਂ ਸੇ ਦਾਣਾ ਨੇ ਕਿਸਾਨਾਂ ਆਗੂ ਮਨਜੀਤ ਸਿੰਘ ਰਾਏ ਅਤੇ ਬੋਟਾ ਸਿੰਘ ਬੁਰਜਗਿਲ ਤੋਂ ਸਪਸ਼ਟਿਕਰਨ ਮੰਗਿਆ ਸੀ ਕਿ ਦੋਵਾਂ ਕਿਸਾਨ ਆਗੂਆਂ ਨੇ ਸਟੇਜ ਤੋਂ ਇਹ ਕਿਉਂ ਕਿਹਾ ਕਿ ਦੀਵਾਲੀ ਅਸੀਂ ਘਰ ਜਾ ਕੇ ਮਨਾਵਾਂਗੇ ਕੀ ਇਹਨਾਂ ਕਿਸਾਨ ਆਗੂਆਂ ਦੀ ਸਰਕਾਰ ਦੇ ਨਾਲ ਕੋਈ ਗੱਲ ਹੋਈ ਹੈ ਕੀ ਕੋਈ ਸੁਨੇਹਾ ਸਰਕਾਰ ਦਾ ਇਹਨਾਂ ਨੂੰ ਆਇਆ ਇਸ ਤੇ ਅੱਜ ਮਨਜੀਤ ਸਿੰਘ ਰਾਏ ਨੇ ਜਵਾਬ ਦਿੱਤਾ ਉਹਨਾਂ ਕਿਹਾ ਕਿ ਕੋਈ ਵੀਡੀਓ ਦਿਖਾਵੇ ਵੀ ਮੈਂ ਕਿੱਥੇ ਕਹੀ ਇਹ ਗੱਲ ਕਿਉਂਕਿ ਮੈਂ ਐਦਾਂ ਦਾ ਕੁਝ ਨਹੀਂ ਕਿਹਾ ਉਹਨਾਂ ਕਿਹਾ ਲੱਖਾ ਸਿਧਾਣਾ ਨੂੰ ਸਰਪੰਚੀ ਕਰਨ ਦਾ ਜ਼ਿਆਦਾ ਸ਼ੌਂਕ ਹੈ ਲੱਗਦਾ ਹੈ ਆਗੂਆਂ ਨੂੰ ਬਦਨਾਮ ਕਰਕੇ ਸਰਕਾਰ ਵਹਿਮ ਚ ਪਾ ਕੇ ਕਮਜ਼ੋਰ ਕਰਨਾ ਚਾਹੁੰਦੀ ਹੈ ਕਿਤੇ ਇਹ ਨੌਜਵਾਨ ਵੀ ਸਰਕਾਰ ਦੀ ਚਾਲ ਦਾ ਹਿੱਸਾ ਨਾ ਬਣ ਜਾਣ ਉਹਨਾਂ ਕਿਹਾ ਪਹਿਲਾਂ ਲੱਖਾ ਸਿਧਾਣਾ ਗੱਲ ਨੂੰ ਜਾਂਚ ਕਰ ਲੈ ਉਸ ਤੋਂ ਬਾਅਦ ਹੀ ਬੋਲਣ ਝੂਠਾ ਬਦਨਾਮ ਉਹ ਸਾਨੂੰ ਨਾ ਕਰਨ ਤੁਰੇ ਜਾਂਦੇ ਕਿਸੇ ਦੀ ਗੱਲ ਦੇ ਵਿੱਚ ਸਰਪੰਚ ਨਾ ਬਣਿਆ ਕਰਨ ਦੇਖੋ ਮੈਂ ਕੋਈ ਗੱਲ ਇਦਾਂ ਦੀ ਸਟੇਜ ਤੋਂ ਨਹੀਂ ਕਹੀ ਕੋਈ ਕੋ ਮੈਨੂੰ ਪ੍ਰੂਫ ਦਿਖਾ ਦੇਵੇ ਕਿ ਮਨਜੀਤ ਸਿੰਘ ਨੇ ਗੱਲ ਕਹੀ ਵੀ ਦਿਵਾਲੀ ਆਪਾਂ جا کے اوتھے مناونی ہے اے گل ضرور ਆਖੀ دی ہر بار کہ ਆਪਾਂ जित دے قریب ہاں او اس کر کے کہ ਸਾਡੇ ਵੀਰਾਂ ਦਾ ਕਿਸਾਨਾਂ ਦਾ ਮਨੋਬਲ ਨਾ ਟੁੱਟੇ ਬਣਿਆ ਰਵੇ ਹਰ ਇੱਕ ਜਿਹੜੇ ਫੌਜ ਦੇ ਜਰਨੈਲ ਹੁੰਦੇ ਨੇ ਆਪਣੀ ਫੌਜ ਦਾ ਮਨੋਬਲ ਬਣਾਉਣ ਲਈ ਇਹੀ ਕਹਿੰਦੇ ਨੇ ਕਿ ਆਪਾਂ जित ਦੇ قریب ਆ ਸੋ ਉਹ ਜਿਹੜੀ ਗੱਲ ਕਹਿਣਾ ਸਾਡਾ ਸੁਭਾਵਿਕ ਹੈ ਕਿ ਸਾਡੇ ਲੋਕਾਂ ਦਾ ਮਨੋਬਲ ਨਾ ਟੁੱਟੇ ਅਸੀਂ जित ਦੇ قریب ہیں ਜਲਦ ਜਿੱਤਾਂਗੇ ਪਰ ਇਹ ਜਿਹੜੀ ਗੱਲ ਕਹਿ ਦੇਣੀ ਕਿ ਦੀਵਾਲੀ ਤੱਕ ਅਸੀਂ ਵਾਪਸ ਚਲੇ ਜਾਵਾਂਗੇ ਮੈਂ ਕਿਤੇ ਨਹੀਂ ਆਖੀ ਇਹ ਮੈਨੂੰ ਵੀ ਆਈ ਗੱਲ ਕਿ ਸਾਡਾ ਕੋਈ ਇੱਕ ਲੱਖਾ ਵੀਰ ਹੈ ਉਹ ਕਿਸੇ ਚੈਨਲ ਤੇ ਔਨ 에ਅਰ ਚੈਨਲ ਤੇ ਬੈਠ ਕੇ ਕਹਿ ਰਿਹਾ ਕਿ ਮਨਜੀਤ ਸਿੰਘ ਰਾਏ ਨੇ ਇਹ ਗੱਲ ਕਹੀ ਆ ਦੋ ਆਗੂਆਂ ਦਾ ਨਾਮ ਲੈਂਦਾ ਆ ਉਹ ਤੇ ਉਹਨਾਂ ਨੇ ਇਹ ਗੱਲ ਆਖੀ ਹੈ ਤੇ ਉਹ ਸਪਸ਼ਟੀਕਰਨ ਦੇਣ ਮੈਂ ਇਹ ਕਹਿਣਾ ਵੀ ਮੇਰੇ ਵੀਰ ਨੂੰ ਲੱਖੇ ਵੀਰ ਨੂੰ ਮੈਨੂੰ ਤਾਂ ਲੱਗਦਾ ਕੋਈ ਸਰਪੰਚੀ ਕਰਨ ਦਾ ਜਿਆਦਾ ਸ਼ੌਂਕ ਹੈ ਕੋਈ ਗੱਲ ਝੂਠੀ ਬਣਾ ਕੇ ਕੋਲੋਂ ਕਹਿ ਦਿੰਦਾ ਕਿਤੇ ਮੈਂ ਕਹੀ ਆ ਮੇਰੀ ਕੋਈ ਵਾਈਟ ਦਿਖਾਵੇ ਤੇ ਆਗੂਆਂ ਨੂੰ ਬਦਨਾਮ ਕਰਕੇ ਮੈਨੂੰ ਜੋ ਜਾਪਦਾ ਹੈ ਵੀ ਕਿਤੇ ਨਾ ਕਿਤੇ ਸਰਕਾਰ ਜਿਹੜਾ ਛੜੀਅੰਤਰ ਰਚਣਾ ਚਾਹੁੰਦੀ ਹੈ ਵੀ ਸਾਡੇ ਉਹ ਇਸ ਅੰਦੋਲਨ ਨੂੰ ਭ੍ਰਮ ਚ ਪਾ ਕੇ ਵਹਿਮ ਚ ਪਾ ਕੇ ਅਫਵਾਹਾਂ ਚ ਪਾ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਤੇ ਸਾਡੇ ਨੌਜਵਾਨ ਜਿਹੜੇ ਆ ਇਹ ਸਰਕਾਰ ਦੀ ਸਾਜ਼ਿਸ਼ ਦੇ ਵਿੱਚ ਤਾਂ ਨਹੀਂ ਕਿਤੇ ਹਿੱਸਾ ਬਣ ਜਾਣਗੇ ਕਿਤੇ 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 ਸਰਕਾਰ ਇਹਨਾਂ ਨੂੰ ਆਪਣੇ ਭਲੇ ਵਿੱਚ ਤਾਂ ਨਾ ਲੈ ਲੂਗੀ ਇਹ ਕਿਸੇ ਭ੍ਰਮ ਚ ਤਾਂ ਨਹੀਂ ਆ ਗਏ ਕਿਤੇ ਅਫਵਾਹਾਂ ਚ ਤਾਂ ਨਹੀਂ ਆ ਗਏ ਤੇ ਇਹ ਜੇਕਰ ਆਏ ਨੇ ਪਹਿਲਾਂ ਮੈਂ ਕਹੂੰਗਾ ਖਾਸ ਕਰਕੇ ਭਾਈ ਨੂੰ ਭਾਈ ਪਹਿਲਾਂ ਉਹਨੂੰ ਗੱਲ ਨੂੰ ਪੂਰੀ ਜਾਂਚ ਲਿਆ ਕਰੋ ਬੋਲਣ ਲੱਗੇ ਮਨਜੀਤ ਸਿੰਘ ਰਾਏ ਮੈਂ ਆ ਮੀਡੀਆ ਦੇ ਮਾਧਿਅਮ ਰਾਹੀਂ ਕਹਿਣਾ ਹੈ ਕਿ ਮੇਰੀ ਇੱਕ ਵਾਇਡ ਦਿਖਾ ਦਵੇ ਮੈਂ ਕਿਆ ਹੋਵੇ ਬਈ ਦੀਵਾਲੀ ਅਸੀਂ ਘਰ ਜਾ ਕੇ ਮਨਾਵਾਂਗੇ ਫਿਰ ਝੂਠ ਕਿਉਂ ਬੋਲਦੇ ਹੋ ਵੀਰ ਮੇਰੇ ਤੂੰ ਸਾਡਾ ਭਰਾ ਹੈ ਯਾਰ ਜਦੋਂ ਪੰਜਾਬੀ ਪੁੱਤਰ ਕੋਈ ਸਾਡਾ ਝੂਠ ਬੋਲਦਾ ਸਾਨੂੰ ਬੜਾ ਦੁੱਖ ਪਹੁੰਚਦਾ ਹੈ ਕਿ ਝੂਠਾ ਨਾਂ ਲੈ ਕੇ ਬਦਨਾਮ ਕਰਨਾ ਕਿਸੇ ਨੂੰ ਕਿਉਂ ਨੇ ਕਹਿ ਦਿੱਤਾ ਹੁਣ ਉਹ ਸਪਸ਼ਟੀ ਕਰਨ ਦੇਵੇ ਵੈਸੇ ਸਾਨੂੰ ਸਪਸ਼ਟੀ ਕਰਨ ਦੇਣ ਦੀ ਲੋੜ ਨਹੀਂ ਕੋਈ ਵੀ ਸੱਤੋ ਜਿਹੜਾ ਮਰਜ਼ੀ ਪੁੱਛ ਲਵੇ ਆ ਕੇ ਵੀ ਐ ਤੁਸੀਂ ਕਿਉਂਕਿ ਅਸੀਂ ਜਾਣਦੇ ਹਾਂ ਅੰਦੋਲਨ ਨੂੰ 11 ਮਹੀਨੇ ਤੋਂ ਚਲਾ ਕੇ ਬੈਠੇ ਹਾਂ ਸਾਡੇ ਤੇ ਪਰਚੇ ਵੀ ਹੋਏ ਨੇ ਪਰ ਤੇ ਝਲਕੇ ਵੀ ਇਹ ਸਰਕਾਰ ਨਾਲ ਧੰਮ ਲਾ ਕੇ ਬੈਠੇ ਆ ਇੱਕ ਨਾ ਇੱਕ ਔਰ ਅਸੀਂ ਜੇਕਰ ਗੋਲੀਆਂ ਚੱਲੂਗੀਆਂ ਮੋਰੇ ਬੈਠੇ ਆ ਕਿਤੇ ਭੱਜੇ ਨਹੀਂ ਜਿੰਨੀਆਂ ਔਕੜਾਂਆਂ ਉਹਨੀਆਂ ਮੋਰੇ ਹੋ ਕੇ ਟੱਕਰਾ ਕੀਤਾ ਸੋ ਇਹ ਗੱਲ ਕਹਿ ਦੇਣੀ ਕਿਸੇ ਦਾ ਨਾਮ ਲੈ ਕੇ ਤੇ ਇਹ ਮੈਂ ਸਮਝਦਾ ਕਿ ਇਹ ਬਿਲਕੁਲ ਜਿਹੜੀ ਸਰਕਾਰ ਚਾਹੁੰਦੀ ਹੈ ਕਿ ਇਸ ਦੇ ਵਿੱਚ ਭ੍ਰੰਮ ਪਾਇਆ ਜਾਵੇ ਇਹਨਾਂ ਚ ਕੋਈ ਵਿਖਰੇਵੇਂ ਪੈਦਾ ਕੀਤੇ ਜਾਣ ਸਰਕਾਰ ਉਹਦੇ ਵਿੱਚ ਆਪਣੇ ਛੜੈਂਤਰ ਚ ਉਹ ਹਿੱਸਾ ਬਣਾਉਂਦੀ ਹੈ ਇਦਾਂ ਆਪਣੇ ਲੋਕਾਂ ਨੂੰ ਭ੍ਰੰਮ ਚ ਪਾ ਕੇ ਸੋ ਮੈਂ ਲੱਖੇ ਵੀਰ ਨੂੰ ਬੇਨਤੀ ਕਰੂੰਗਾ ਕਿ ਵੀਰ ਜੀ ਐਵੇਂ ਹੀ ਤੁਰੀ ਜਾਂਦੀ ਕਿਸੇ ਦੀ ਕਲੇਸ਼ ਦੇ ਵਿੱਚ ਸਰਪੰਚ ਬਣ ਕੇ ਨਾ ਬਹਿ ਜਾਇਆ ਕਰੋ ਜੇ ਤੁਹਾਨੂੰ ਪਤਾ ਨਹੀਂ ਕਿਸੇ ਗੱਲ ਦਾ ਜੇ ਤੁਹਾਨੂੰ ਜਾਣਕਾਰੀ ਹੋਈ ਨਹੀਂ ਕਿ ਮਨਜੀਤ ਸਿੰਘ ਨੇ ਕੋਈ ਗੱਲ ਕਹੀ ਹੈ ਕਿ ਨਹੀਂ ਕਹੀ ਤਾਂ ਵੀ ਮਨਜੀਤ ਸਿੰਘ ਤੋਂ ਸਪਸ਼ਟ ਕਰਨ ਤੁਸੀਂ ਕਿਵੇਂ ਮੰਗਦੇ ਹੋ ਮੈਂ ਇਹ ਗੱਲ ਕਮਾਂਗਾ ਕਿ ਮੈਂ ਕਦੇ ਇਹ ਗੱਲ ਨਹੀਂ ਆਖੀ ਕਿ ਭਈ ਦੀਵਾਲੀ ਜਿਹੜੀ ਆਪਾਂ ਜਾ ਕੇ ਉੱਥੇ ਮਨਾਵਾਂਗੇ ਹਾਂ ਇਹ ਗੱਲ ਮੈਂ ਤੁਹਾਨੂੰ ਕਹਿਣਾ ਦਾਵੇ ਨਾ ਕਿ ਹਰ ਵਾਰ ਸਟੇਜ ਤੋਂ ਕਹਿੰਦਾ ਕਿ ਆਪਾਂ ਜਿੱਤੇ ਹੋਏ ਆਂ ਆਪਾਂ ਜਲਦ ਜਿੱਤ ਕੇ ਜਾਵਾਂਗੇ ਔਰ ਇਹ ਤਾਂ ਕਹਿੰਨੇ ਆ ਕਿ ਸਾਡੇ ਕਿਸਾਨਾਂ ਦਾ ਮਨੋਵਲ ਬਣਿਆ ਰਵੇ ਕਦੇ ਇਹ ਨਹੀਂ ਕਿਹਾ ਪਈ ਅਸੀਂ ਜੀ ਪੰਚਾਂ ਚੌਂਦਨਾਂ ਚ ਚੱਲ ਜਾਣਾ ਕਦੇ ਇਹ ਨਹੀਂ ਕਿਹਾ ਪਈ ਅਸੀਂ ਦੀਵਾਲੀ ਮਨਾ ਲੈਣੀ ਜਾ ਕੇ ਇਹ ਕਿਹਾ ਪਈ ਕੁਛ ਦਿਨ ਕੁਛ ਦਿਨਾਂ ਤੱਕ ਆਪਾਂ ਸਰਕਾਰ ਚੁੱਕੀ ਹੋਈ ਆ ਜਿੱਤਾਂਗੇ ਸੋ ਇਸ ਕਰਕੇ ਇਸ ਗੱਲ ਨੂੰ ਜਰੂਰ ਮੇਰਾ ਵੀਰ ਧਿਆਨ ਚ ਰੱਖਣ ਕੋਈ ਵੀ ਪੰਜਾਬ ਦਾ ਮੇਰਾ ਵੀਰ ਹੈ ਨੌਜਵਾਨ ਵੀਰ ਨੇ ਫੇਸਬੁੱਕ ਤੇ ਬੈਠੇ ਨੇ ਪਹਿਲਾਂ ਸੱਚ ਦਾ ਜਰੂਰ ਨਤਾਰਾ ਕਰ ਲਿਆ ਕਰੋ ਝੂਠ ਤੇ ਨਾ ਝੂਠ ਤੇ ਨਾ ਕੁਝ ਬੋਲਿਆ ਕਰੋ ਮੇਰੇ ਵੀਰ ਝੂਠ ਤੇ ਜਾਂ ਪੰਡਾ ਬਣ ਬਣ ਕੇ ਕਿਸੇ ਆਗੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਛੇ ਜੇ ਤੁਹਾਡੇ ਮਨ ਚ ਕੋਈ ਗੱਲ ਯਾਰ ਮੇਰੇ ਪ੍ਰਤੀ ਕੋਈ ਕੜਤਨ ਹੈ ਮੈਨੂੰ ਉਧਾਂ ਦੱਸ ਦਿਓ ਮੇਰਾ ਨਾਂ ਕਿਉਂ ਲੈਣਾ ਤੁਸੀਂ ਆਪਾਂ ਯਾਰ ਪੰਜਾਬ ਦੇ ਆ ਆਪਾਂ ਇਕੱਠੇ ਆਂ ਤਾਂ ਫਿਰ ਮੇਰਾ ਨਾਂ ਤੁਸੀਂ ਲੈ ਕੇ ਆਪਣੀ ਕੋ ਕਰਤਨਮੰਦੀ ਕਰਨਾ ਚਾਹੁੰਦੇ ਅੰਦੋਲਨ ਨਿਗਾ ਚ ਰੱਖੋ ਅੰਦੋਲਨ ਲਈ ਅਸੀਂ ਹਰ ਛੱਤ ਤੇ ਹਰ ਗੱਲ ਤੇ ਮਨਜ਼ੂਰ ਆ ਤੁਹਾਡੇ ਮੂਰੇ ਝੁਕਣ ਨੂੰ ਵੀ ਤਿਆਰ ਹਾਂ